सत श्री अकाल जी, तुसी देख रहे हो फिरदौस पंजाबी। मैं हाँ प्रभ सिद्धू, मेरे नाल मेरे सहयोगी गुरजिंदर सिंह पंगू। पंगू साहब बहुत बहुत स्वागत है जी। शुक्रिया प्रभ, थोड़ा भी। सो अज गलबात जिहड़े विषय ते कर रहे हैं वह मुख्यमंत्री भगवंत मान वालों दिता गया धूरी च भाषण है। भाषण किस तरह का सी, जिथे नशियां की गल हुई, जिथे गदावरियां की गल हुई, जिथे पंचायतों बारे गल हुई, जिथे विरोधियों ते तंज ने जिहड़े वह कसे गए। सो इन्हां सारियां चीज़ों बारे गलबात करांगे। सब तो पहला पंगू साहब, जिस तरह की गलबात पंचायतों के डिसीजन नूं लैके हुई, बड़ा सुन च तां बड़ा सोहना लग्या, पर उहदा की रिजल्ट निकलूगा, असलियत की निकलूगी, उहदे बारे जरूर गल करो। देखो, जिहड़ा साडा इंडियन डेमोक्रेसी इक फ्रेम है, डेमोक्रेटिक फ्रेम है साडा, ओह सारा पंचायतां दे उपर खड़िया। ते इस सिस्टम नूं समझण दे लई हुण तक इतिहास दे विच जिन्हां लोकां ने सोशल वर्क कीता जां जिन्हां लोकां ने ग्राउंड लैवल दे उपर जाके वर्क कीता ते उत्थों पंचायतां बारे लिखिया, बिलकुल इह किवें ग्राम पंचायत दी की भूमिका हुंदी है, इस तों इलावा पिंड दी की भूमिका हुंदी है, ते पिंड दी जिहड़ी ग्राम पंचायत हुंदी है उहदी की भूमिका हुंदी है। खास करके जिहड़ा साडा डेमोक्रेसी दा इक पिलर है, उह है ना पंचायतां दे पिंडां दे सर दे उपर वी टिक्या खड़िया। हुण जदों दी पोलिटिकल दखल अंदाजी हो गई इस सारे सिस्टम दे विच, ਉਦੋਂ ਦਾ ਇਸ ਦੀ ਇੱਕ ਪੋਲਰਾਈਜੇਸ਼ਨ ਵੀ ਹੋ ਗਈ। ਪਿੰਡ ਵੀ ਵੰਡਿਆ ਗਿਆ, ਪੰਚਾਇਤਾਂ ਵੀ ਵੰਡੀਆਂ ਗਈਆਂ, ਜਿਹਦੀ ਮਾਨ ਸਾਹਿਬ ਨੇ ਅੱਜ ਗੱਲ ਕੀਤੀ, ਜਿਹਦੀ ਗੱਲ ਆਪਾਂ ਅੱਗੇ ਜਾ ਕੇ ਕਰਾਂਗੇ। ਤਾਂ ਮਹਾਤਮਾ ਗਾਂਧੀ ਉਹਨਾਂ ਦਾ ਵੀ ਬੜਾ ਸੋਹਣਾ ਇਹਦੇ 'ਚ ਗ੍ਰਾਮ ਪੰਚਾਇਤਾਂ ਦੇ ਉੱਪਰ ਜਾਂ ਹੋਰ ਉਹਨਾਂ ਦਾ ਵੀ ਵਰਕ ਹੈਗਾ, ਉਹਨਾਂ ਨੇ ਬੜਾ ਸੋਹਣਾ ਲਿਖਿਆ ਹੋਇਆ। ਇਸ ਤੋਂ ਇਲਾਵਾ ਹੋਰ ਬਾਅਦ ਦੇ ਵਿੱਚ ਮਹਾਤਮਾ ਗਾਂਧੀ ਤੋਂ ਜਿੰਨੇ ਜਿਹੜੇ ਉਹ ਆਥਰ ਪੈਦਾ ਹੋਏ ਨੇ ਉਹਨਾਂ ਨੇ ਵੀ ਲਿਖਿਆ ਹੋਇਆ ਕਿ ਗ੍ਰਾਮ ਪੰਚਾਇਤਾਂ ਕੀ ਹੁੰਦੀਆਂ ਨੇ, ਗ੍ਰਾਮ ਪੰਚਾਇਤਾਂ ਦੀ ਭੂਮਿਕਾ ਕੀ ਹੁੰਦੀ ਹੈ, ਗ੍ਰਾਮ ਪੰਚਾਇਤਾਂ ਦੀ ਗ੍ਰਾਮ ਜਿਹੜੀਆਂ ਸੇਵਾਵਾਂ ਹੁੰਦੀਆਂ ਨੇ ਇਹਨਾਂ ਦੀ ਪਾਵਰ ਕੀ ਹੁੰਦੀ ਹੈ। ਜਿਹੜੀ ਗੱਲ ਇੱਕ ਗ੍ਰਾਮ ਸਭਾ ਦੇ ਵਿੱਚ ਜਿਹੜਾ ਮਤਾ ਪੈ ਗਿਆ ਉਸ ਮਤੇ ਨੂੰ ਨਾ ਤਾਂ ਦੇਸ਼ ਦਾ ਰਾਸ਼ਟਰਪਤੀ ਰੱਦ ਕਰ ਸਕਦਾ, ਨਾ ਦੇਸ਼ ਦੀ ਸੁਪਰੀਮ ਕੋਰਟ ਰੱਦ ਕਰ ਸਕਦੀ ਹੈ, ਇਹ ਉਹਦੀ ਤਾਕਤ ਹੁੰਦੀ ਹੈ। ਹੁਣ ਪ੍ਰੋਬਲਮ ਕਿੱਥੇ ਹੈ ਕਿ ਖਾਸ ਕਰਕੇ ਹੁਣ ਜਿਵੇਂ ਮੀਡੀਆ ਦੇ ਵਿੱਚ ਗੱਲ ਚੱਲਦੀ ਹੈ ਜਾਂ ਪੰਜਾਬ ਸਰਕਾਰ ਨੇ ਕਿਹਾ ਕਿ ਪੰਚਾਇਤੀ ਚੋਣਾਂ ਹੋਣਗੀਆਂ, ਹੋ ਸਕਦਾ ਮਾਨ ਸਾਹਿਬ ਨੂੰ ਜਾਣਕਾਰੀ ਹੋਵੇ, ਉਹਨਾਂ ਨੂੰ ਹੋਊਗੀ, ਸਰਕਾਰ ਬਿਊਰੋਕਰੇਸੀ ਨੂੰ ਜਾਣਕਾਰੀ ਹੁੰਦੀ ਕਿਉਂਕਿ ਉਹ ਸਾਰਾ ਕੁਛ ਉਹ ਹੰਢਾ ਕੇ ਆਏ ਹੁੰਦੇ ਨੇ, ਆਈਐਸ ਦੀ ਤਿਆਰੀ ਦੇ ਸਭ ਕੁਛ ਦੇਖਿਆ ਹੁੰਦਾ ਜੀ। ਤੁਹਾਡੇ ਜਿਹੜੇ ਰਾਜ ਸਭਾ ਮੈਂਬਰ ਨੇ, ਮੈਨੂੰ ਲੱਗਦਾ ਕਿ ਉਹਨਾਂ ਨੂੰ ਇਸ ਮਾਡਲ ਦੀ ਜਾਣਕਾਰੀ ਹੋਊਗੀ। ਇਸ ਤੋਂ ਇਲਾਵਾ ਜਿਹੜੇ ਤੁਹਾਡੇ MLA ਨੇ, MLA ਦੇ ਵਿੱਚ ਮੈਂ ਲਿਖ ਕੇ ਕਹਿ ਦਿੰਦਾ ਕਿ 90% ਤਾਂ ਹੋਣਗੇ, ਉਹਨਾਂ ਨੂੰ ਜਾਣਕਾਰੀ ਨਹੀਂ ਹੋਊਗੀ। ਉਸ ਤੋਂ ਬਾਅਦ ਆ ਗਿਆ ਜਿਹੜਾ ਪੰਜਾਬ ਦਾ ਮੀਡੀਆ, ਜਿਹੜਾ ਰੌਲਾ ਪਾਉਣ 'ਤੇ ਲੱਗਿਆ ਹੋਇਆ ਕਿ ਪੰਚਾਇਤੀ ਚੋਣਾਂ, ਇਹ ਮੀਡੀਆ ਕੱਖ ਨਹੀਂ ਜਾਣਦਾ ਪੰਚਾਇਤੀ ਸਿਸਟਮ ਹੁੰਦਾ ਕੀ ਹੈ। ਸਿਰਫ ਇੱਕ ਲਾਈਨ ਹੈ ਕਿ ਪੰਚਾਇਤੀ ਚੋਣਾਂ 30 ਜਾਂ 31 ਦਸੰਬਰ ਨੂੰ ਹੋਣਗੀਆਂ, ਬਸ ਉੱਥੇ ਤੱਕ ਪਤਾ ਇਹਨਾਂ ਨੂੰ। ਸ਼ੁਰੂਆਤ ਦੇ ਵਿੱਚ ਇਹ ਗੱਲ ਪਤਾ ਕਿ ਮਾਨ ਸਾਹਿਬ ਨੇ ਕਹੀ ਹੈ ਪੰਚਾਇਤੀ ਇਲੈਕਸ਼ਨ ਹੋਊਗੀ 31 ਦਸੰਬਰ ਨੂੰ ਹੋਊਗੀ, ਇਸ ਤੋਂ ਨਾ ਅੱਗੇ ਦਾ ਕੁਛ ਪਤਾ ਨਾ ਕੁਛ ਪਿੱਛੇ ਦਾ ਕੁਛ ਪਤਾ। ਹੁਣ ਮਾਨ ਸਾਹਿਬ ਕਹਿੰਦੇ ਨੇ ਕਿ 40 ਲੱਖ ਦੇ ਵਿੱਚ ਸਰਪੰਚੀ, ਜਿਹੜਾ ਬੰਦਾ 40 ਲੱਖ ਲਾ ਕੇ ਕਹਿੰਦਾ ਕਿ ਸਰਪੰਚ ਬਣੂਗਾ, ਆਖਰ ਉਹਨੇ ਆਉਣਾ ਤਾਂ ਮੇਰੇ ਕੋਲ ਹੈ, ਤੇ ਮੇਰੇ ਕੋਲ ਆ ਕੇ ਇਹ ਨਾ ਸੋਚਿਓ ਕਿ 40 ਦੇ 80 ਹੋ ਜਾਣਗੇ, ਡਬਲ ਹੋ ਜਾਣਗੇ। ਵੈਸੇ ਤਾਂ ਹੁਣ ਇਹ ਕਿਸੇ ਸਰਕਾਰ ਦੇ ਵਿੱਚ ਵੀ ਨਹੀਂ ਹੁੰਦਾ ਹੈਗਾ, ਜੇਕਰ ਤਾਂ ਪੰਚਾਇਤੀ ਫੰਡਾਂ ਦੇ ਵਿੱਚੋਂ ਪੈਸੇ ਖਾਣ ਦੀ ਗੱਲ ਚੱਲੇਗੀ, 40 ਦੇ ਵਿੱਚੋਂ 80 ਹੋ ਜੂਗਾ, ਉਹ ਤਾਂ ਹੁਣ ਹੁੰਦਾ ਨਹੀਂ ਹੈ। ਕੋਈ ਸਰਪੰਚ ਲੁਧਿਆਣੇ ਦੇ ਗੁਰਦੀਪ ਰਾਣੋ ਵਰਗਾ ਨਿਕਲ ਜੇ, ਜਿਹੜਾ ਅਕਾਲੀ ਸਰਕਾਰ ਦੇ ਵੇਲੇ ਦੱਸਿਆ ਜਾਂਦਾ ਕਿ ਵੱਡੇ ਵੱਡੇ, ਠੀਕ ਹੈ ਮੈਂ ਨਹੀਂ ਸਹੀ ਗੱਲ ਕਹਿੰਦਾ ਕਿ ਸਰਕਾਰ ਦੀ ਸਪੋਰਟ ਹੈ ਸੀ ਨਹੀਂ ਹੈ ਸੀ, ਪਰ ਅਕਾਲੀਆਂ ਦਾ ਸਰਪੰਚ ਕਹਿੰਦੇ ਸੀ ਉਹਨੂੰ, ਕਾਂਗਰਸ ਦੀ ਸਰਕਾਰ ਦੇ ਵੇਲੇ ਕੈਪਟਨ ਅਮਰਿੰਦਰ ਹੋਣਾ ਨੇ ਉਹਨੂੰ ਫੜ ਲਿਆ। ਜਦੋਂ ਸਰਪੰਚ ਉਦਾਂ ਦਾ ਹੋਵੇ, ਨਸ਼ਾ ਵੇਚਦਾ ਹੋਵੇ, ਜਿਹੜਾ ਜਿਹਾ ਡਰੱਗ ਸਪਲਾਈ ਕਰਦਾ ਹੋਵੇ, ਫਿਰ ਤਾਂ ਪੈਸਾ ਬਣਦਾ। ਸੋ ਮਾਨ ਸਾਹਿਬ ਦੀ ਗੱਲ ਇਹ ਤਾਂ ਠੀਕ ਨਹੀਂ ਜਾਪਦੀ ਕਿ ਪੰਚਾਇਤੀ ਫੰਡਾਂ ਦੇ ਵਿੱਚੋਂ ਇੰਨੇ ਘਪਲੇ ਹੋ ਜਾਣ। ਹੋ ਜਾਂਦੇ ਨੇ ਜਿੱਥੇ ਮੰਨ ਲਓ ਕਿ ਪਟਿਆਲਾ ਦੇ ਕਈ ਪਿੰਡਾਂ ਦੇ ਵਿੱਚ ਜ਼ਮੀਨ ਵਿਕੀ, ਤੇ ਉਹ ਜਿਹੜੀ ਜ਼ਮੀਨ ਸੀ ਪਾਕਿਸਤਾਨ ਤੋਂ ਆਏ ਹੋਏ ਲੋਕਾਂ ਨੂੰ ਅਲਾਟ ਹੋਈ ਹੋਈ, ਉੱਥੇ ਵੱਡੇ ਦੱਸਿਆ ਜਾਂਦਾ ਕਿ ਸਕੈਮ ਹੋ ਗਿਆ, ਕਈ ਪੰਚਾਇਤਾਂ ਸਸਪੈਂਡ ਹੋ ਗਈਆਂ ਜਾਂ ਉਹਦੇ 'ਚੋਂ ਸਭ ਕੁਛ ਨਿਕਲਦਾ ਹੈ। ਪਰ ਮਾਨ ਸਾਹਿਬ ਕਹਿੰਦੇ ਕਿ ਜਿਹੜਾ ਸਰਪੰਚ ਵੀ ਹੋਊਗਾ, ਜੇ ਪੋਲੀਟੀਕਲ ਸਟੇਟਮੈਂਟ ਦੀ ਗੱਲ ਕਰੀਏ ਕਿ ਪਿੰਡ ਦਾ ਸਰਪੰਚ ਹੋਊਗਾ, ਉਹ ਸਰਪੰਚ ਤਾਂ ਹੁੰਦਾ ਪਿੰਡ ਦਾ ਹੀ, ਪਿੰਡ ਤੋਂ ਬਾਹਰ ਦੇ ਸਰਪੰਚ ਨਹੀਂ ਹੁੰਦੇ। ਮਾਮਲਾ ਇਹ ਹੈ ਕਿ ਉਹ ਜਿਹੜੀਆਂ ਤੁਹਾਡੀਆਂ ਪਾਰਟੀਆਂ ਨੇ, ਇਹਨਾਂ ਪਾਰਟੀਆਂ ਨੇ ਉਹ ਵੰਡਦੇ। ਹੁਣ ਜਿਹੜੇ ਅਕਾਲੀ ਜਾਂ ਕਾਂਗਰਸੀ ਸੀ, ਜਿਵੇਂ ਮਾਨ ਸਾਹਿਬ ਨੇ ਕਿਹਾ ਕਿ ਬਾਦਲ ਦੇ ਕੈਪਟਨ ਸਾਹਿਬ ਦੇ ਸਮੇਂ ਤੋਂ ਜਿਹੜੇ ਸਰਪੰਚ ਸੀ ਉਹ ਅਕਾਲੀਆਂ ਤੇ ਕਾਂਗਰਸੀਆਂ ਦੇ ਨਾਮ ਨਾਲ, ਆ ਤਾਂ ਸ਼ੁਰੂ ਤੋਂ ਸੀ, ਅੱਜ ਤਾਂ ਨਹੀਂ ਸੀ।
ਆਜ਼ਾਦੀ ਤੋਂ ਪਹਿਲਾਂ ਦੇਖ ਲਓ ਤੁਸੀਂ 47 ਤੋਂ ਬਾਅਦ ਦੇਖ ਲਓ, ਜਿਹੜਾ ਵੀ ਬੰਦਾ ਕਿਸੇ ਵੀ ਸੰਗਠਨ ਦੇ ਨਾਲ ਜੁੜਿਆ ਹੋਇਆ ਸੀ, ਜਦੋਂ ਉਹਦੀ ਕੋਈ ਵੀ ਸੋਸ਼ਲ ਐਕਟੀਵਿਟੀ ਹੁੰਦੀ ਸੀ ਤਾਂ ਹਮੇਸ਼ਾ ਪਾਰਟੀ ਦੇ ਝੰਡੇ ਹੇਠ ਹੁੰਦੀ ਸੀ। ਬਿਲਕੁਲ, ਜੇਕਰ ਜਿਹੜੇ ਅੱਜ ਪੰਚਾਇਤਾਂ ਵੀ ਨੇ, ਜ਼ਿਲ੍ਹਾ ਪ੍ਰੀਸ਼ਦਾਂ ਨੇ, ਬਲਾਕ ਸਮਿਤੀਆਂ ਨੇ, ਬਲਾਕ ਸਮਿਤੀਆਂ ਦੀ ਚੇਅਰਮੈਨੀਆਂ ਨੇ, ਇਹ ਸਾਰੀਆਂ ਇੱਕ ਪਾਰਟੀ ਦੇ ਝੰਡੇ ਹੇਠ ਨੇ। ਸੋ ਜਿਹੜੇ ਅਕਾਲੀ ਕਾਂਗਰਸੀ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਕੇ ਤੇ ਹੁਣ ਪੰਚਾਇਤੀ ਇਲੈਕਸ਼ਨ ਲੜਨਾ ਚਾਹੁੰਦੇ ਨੇ, ਉਹਨਾਂ ਦੇ ਨਾਲੋਂ ਮਾਨ ਸਾਹਿਬ ਕਿਵੇਂ ਆਮ ਆਦਮੀ ਪਾਰਟੀ ਦਾ ਲੋਗੋ ਦੂਰ ਕਰ ਦੇਣਗੇ, ਇਹ ਗੱਲ ਵੀ ਦੱਸ ਦੇ ਉਹ। ਸੋ ਦੂਜੀ ਗੱਲ ਰਹੀ ਕਿ ਗਿਰਦਾਵਰੀਆਂ ਦੀ ਗੱਲ, ਉਹ ਆਪਾਂ ਨੇ ਦੂਜੇ ਪ੍ਰੋਗਰਾਮ 'ਚ ਡਿਸਕਸ ਕੀਤਾ ਸੀ ਕਿ ਪਹਿਲਾਂ ਮਾਨ ਸਾਹਿਬ ਕਹਿੰਦੇ ਸੀ ਕਿ ਜਿਹੜੀ ਗਿਰਦਾਵਰੀਆਂ ਨੇ, ਗਿਰਦਾਵਰੀਆਂ ਨਹੀਂ ਹੋਣਗੀਆਂ, ਫਸਲ ਖੇਤ ਦੇ ਵਿੱਚ ਹੋਊਗੀ, ਜਿਹੜਾ ਮੁਆਵਜ਼ਾ ਹੋਊਗਾ ਫਸਲ ਦਾ ਉਹ ਜੇਬ ਦੇ ਵਿੱਚ ਹੋਊਗਾ। ਪਰ ਹੁਣ ਗੱਲ ਚੱਲਦੀ ਹੈ ਕਿ ਸਪੈਸ਼ਲ ਗਿਰਦਾਵਰੀ ਕਰਾਂਗੇ। ਹੁਣ ਸਪੈਸ਼ਲ ਗਿਰਦਾਵਰੀ ਦਾ ਲੋਕਾਂ ਨੂੰ ਨਹੀਂ ਪਤਾ ਕਿ ਸਪੈਸ਼ਲ ਕਿਹੜੀ ਹੁੰਦੀ ਹੈ, ਬਿਨਾਂ ਸਪੈਸ਼ਲ ਗਿਰਦਾਵਰੀ ਕਿਹੜੀ ਹੁੰਦੀ ਹੈ। ਸਪੈਸ਼ਲ ਦੇ ਵਿੱਚ ਲੋਕਾਂ ਨੂੰ ਲੱਗਦਾ ਹੋਊਗਾ ਕਿ ਪਤਾ ਨਹੀਂ ਕੋਈ ਵੱਡੀ ਰਾਸ਼ੀ ਮਿਲੂਗੀ ਸਿੰਪਲ ਗਿਰਦਾਵਰੀ ਦੇ ਨਾਲੋਂ, ਪਰ ਲੋਕਾਂ ਦਾ ਨਹੀਂ ਪਤਾ ਜਿਹੜੀ ਸਪੈਸ਼ਲ ਹੁੰਦੀ ਹੈ ਉਹ ਸਿਰਫ ਸਪੈਸ਼ਲ ਹੀ ਹੁੰਦੀ ਹੈ, ਉਹਦੇ 'ਚ ਮਿਲਦਾ ਕੁਛ ਨਹੀਂ, ਉਹ ਸਿਰਫ ਗਿਰਦਾਵਰੀ ਸਪੈਸ਼ਲ ਹੁੰਦੀ ਹੈ। ਤਾਂ ਜੇਕਰ ਤੁਸੀਂ ਗਿਰਦਾਵਰੀਆਂ ਕਣਕ ਦੀ ਵੀ ਕੀਤੀ ਸੀ, ਕਣਕ ਦੇ ਮੁਆਵਜ਼ੇ ਮਿਲ ਗਏ, ਹੁਣ ਤੱਕ ਕਣਕ ਦੇ ਮੁਆਵਜ਼ੇ ਨਹੀਂ ਮਿਲੇ ਹੈਗੇ, ਹੜ੍ਹਾਂ ਦੇ ਮੁਆਵਜ਼ੇ ਮਿਲ ਗਏ, ਹੁਣ ਤੱਕ ਹੜ੍ਹਾਂ ਦੇ ਮੁਆਵਜ਼ੇ ਨਹੀਂ ਮਿਲੇ ਹੈਗੇ, ਅੱਗੇ ਦੀਆਂ ਗਿਰਦਾਵਰੀਆਂ ਦਾ ਕੀ ਹੋਊਗਾ ਇਹ ਕੁਛ ਨਹੀਂ ਕਹਿ ਸਕਦੇ। ਅਗਲੀ ਗੱਲ ਮਾਨ ਸਾਹਿਬ ਨੇ ਕੀਤੀ ਕਿ ਨਸ਼ੇ ਦੀ ਗੱਲ, ਕਹਿੰਦੇ ਕਿ ਨਸ਼ਾ ਜਿਹੜਾ ਪਿੰਡ ਦੇ ਵਿੱਚ ਡਿਲੀਵਰ ਹੁੰਦਾ, ਪਿੰਡ ਦੇ ਲੋਕ ਸਾਨੂੰ ਇਨਫੋਰਮ ਕਰਨ, ਅਸੀਂ ਨਸ਼ੇ ਦੇ ਉੱਪਰ ਕੰਮ ਕਰਾਂਗੇ। ਪਿੰਡ ਦੇ ਲੋਕਾਂ ਦਾ ਕੰਮ ਇਨਫੋਰਮ ਕਰਨਾ ਨਹੀਂ ਹੁੰਦਾ, ਜਿਹੜੇ ਲੋਕ ਇਨਫੋਰਮ ਕਰਦੇ ਨੇ ਉਹਨਾਂ ਦੇ ਪਰਚੇ ਹੋ ਜਾਂਦੇ ਨੇ। ਬਿਲਕੁਲ, ਹੋਏ ਵੀ ਨੇ ਕਈ। ਚਲੋ ਪਰਮਿੰਦਰ ਸਿੰਘ ਝੋਟੇ ਦੀ ਵੀ ਇੱਥੇ ਗੱਲ ਚੱਲਦੀ ਹੈ, ਉਹਦੇ ਬਹੁਤ ਕਾਰਨ ਹੋਣਗੇ, ਪਿਛਲੀਆਂ ਸਰਕਾਰਾਂ ਵੀ ਰਹਿ ਕੇ ਗਈਆਂ ਨੇ, ਇਹ ਸਰਕਾਰ ਵੀ ਹੈਗੀ ਹੈ। ਲੋਕਾਂ ਦਾ ਕੰਮ ਇਨਫੋਰਮ ਕਰਨਾ ਨਹੀਂ ਹੁੰਦਾ ਹੈਗਾ, ਲੋਕਾਂ ਦਾ ਜਿਹੜੀ ਲੋਕਾਂ ਨੂੰ ਮਹਿਫੂਜ਼ ਕਰਨ ਦੀ, ਲੋਕਾਂ ਨੂੰ ਸੇਵ ਕਰਨ ਦੀ ਜਿਹੜੀ ਡਿਊਟੀ ਹੁੰਦੀ ਹੈ, ਉਹ ਡਿਊਟੀ ਹੁੰਦੀ ਹੈ ਸਰਕਾਰਾਂ ਦੀ, ਪ੍ਰਸ਼ਾਸਨ ਦੀ ਜੀ। ਨਸ਼ਾ ਕਿੱਥੋਂ ਆ ਰਿਹਾ, ਕੌਣ ਵਿਕਵਾ ਰਿਹਾ, ਇਹ ਤੁਹਾਡੀ ਇੰਟੈਲੀਜੈਂਸ ਦਾ ਕੰਮ ਹੈ, ਉਹਨਾਂ ਬੰਦੇ ਨੂੰ ਫੜਨਾ ਤੁਹਾਡੀ ਪੁਲਿਸ ਪ੍ਰਸ਼ਾਸਨ ਦਾ ਕੰਮ ਹੈ। ਬਿਲਕੁਲ, ਸਰਕਾਰਾਂ ਵੱਲੋਂ ਪਿੱਛੋਂ ਹਦਾਇਤਾਂ ਦੇਣੀਆਂ, ਜਿਹੜੇ ਨਸ਼ੇ ਦੇ ਨੈਕਸਸ ਬਣੇ ਹੋਏ ਨੇ ਇਹਨਾਂ ਨੂੰ ਤੋੜਨਾ ਸਰਕਾਰਾਂ ਦੀ ਡਿਊਟੀ ਹੁੰਦੀ ਹੈ, ਤੇ ਉਹਨਾਂ ਅਪਰਾਧੀਆਂ ਨੂੰ ਕੋਰਟ ਨੇ ਸਜ਼ਾ ਦੇਣੀ। ਜੀ ਜੀ, ਆਹ ਇੱਕ ਪ੍ਰੋਸੀਜਰ ਹੁੰਦਾ, ਐ ਨਹੀਂ ਹੁੰਦਾ ਹੈਗਾ ਕਿ ਜਿਹੜੇ ਲੋਕ ਨੇ ਲੋਕ ਨਸ਼ੇ ਵਾਲੇ ਨੂੰ ਫੜ ਲੈਣਗੇ, ਨਸ਼ੇ ਵਾਲੇ ਨੂੰ ਫੜ ਕੇ ਲੋਕ ਅੱਗੇ ਕੋਈ ਸਜ਼ਾ ਦੇਣਗੇ ਜਾਂ ਹੋਰ ਕਰਨਗੇ। ਫਿਰ ਜੇਕਰ ਕਿਸੇ ਨੇ ਫੜ ਕੇ ਕੋਈ ਗੱਲਬਾਤ ਕਰਤੀ, ਕੋਈ ਉਹਦੇ 'ਚ ਮਰ ਮੁਰ ਗਿਆ, ਫਿਰ ਬੁੱਧੀਜੀਵੀ ਆ ਜਾਂਦੇ ਆ, ਉਹ ਕਹਿੰਦੇ ਆ ਕਿ ਪੁਲਿਸ ਹੈਗੀ ਹੈ ਫਿਰ ਸਾਰਾ ਕੁਛ ਕਰਨ ਦੇ ਲਈ। ਬਿਲਕੁਲ, ਕਿ ਪੁਲਿਸ ਹੈਗੀ ਹੈ ਸਾਰਾ ਕੁਛ ਕਰਨ ਦੇ ਲਈ, ਲੋਕ ਆਪਣੇ ਹੱਥ ਦੇ ਵਿੱਚ ਕਿਉਂ ਲੈਂਦੇ ਨੇ। ਪਰਮਿੰਦਰ ਝੋਟੇ ਵਾਲੇ ਕੇਸ ਦੇ ਵਿੱਚ ਆਹ ਕੁਛ ਹੋਇਆ, ਤੁਸੀਂ ਦੇਖਿਓ ਮਾਨ ਸਾਹਿਬ ਖੁਦ ਕਹਿੰਦੇ ਸੀ ਨਾ ਕਿ ਤੁਸੀਂ ਜਿਹੜੇ ਲੋਕ ਰਿਸ਼ਵਤ ਲੈਂਦੇ ਨੇ ਉਹਨਾਂ ਦੀ ਵੀਡੀਓ ਬਣਾ ਲਓ, ਉਹਨਾਂ ਨੇ ਅਫਸਰਾਂ ਦੀ ਵੀਡੀਓ ਬਣਾਈਆਂ, ਉਹਨਾਂ ਦੇ ਕੇਸ ਪਏ ਝੂਠੇ, ਉਹਨਾਂ ਦੀ ਜ਼ਿੰਮੇਵਾਰੀ ਕੌਣ ਲਊਗਾ। ਤੁਸੀਂ ਲੋਕਾਂ ਨੂੰ ਕਹਿੰਦੇ ਹੋ ਕਿ ਨਸ਼ੇ ਵਾਲੇ ਇਨਫੋਰਮ ਕਰਨ ਸਾਨੂੰ, ਆਹੀ ਕਿਹਾ ਮਾਨ ਸਾਹਿਬ ਨੇ। ਬਿਲਕੁਲ, ਜੇਕਰ ਕੋਈ ਬੰਦਾ ਇਨਫੋਰਮ ਕਰੂਗਾ, ਜਦੋਂ ਕਿਸੇ ਨੂੰ ਨਸ਼ੇ ਵਾਲੇ ਨੂੰ ਰੋਕੂਗਾ, ਨਸ਼ੇ ਵਾਲੇ ਸੌਦਾਗਰ ਹੁੰਦੇ ਨੇ, ਨੈਕਸਸ ਹੁੰਦਾ ਵੱਡਾ, ਉਸ ਨਾਲ ਉੱਥੇ ਲੜਾਈ ਹੋ ਜਾਊਗੀ। ਜਦੋਂ ਲੜਾਈ ਹੋ ਜਾਊਗੀ ਫਿਰ ਬੁੱਧੀਜੀਵੀ ਆ ਜਾਣਗੇ, ਬੁੱਧੀਜੀਵੀ ਕੀ ਕਹਿਣਗੇ, ਇਹ ਤਾਂ ਸਰਕਾਰਾਂ ਦਾ ਕੰਮ ਹੁੰਦਾ ਨਸ਼ਾ ਰੋਕਣਾ, ਲੋਕ ਆਪਣੇ ਹੱਥ ਦੇ ਵਿੱਚ ਕਾਨੂੰਨ ਕਿਉਂ ਲੈਂਦੇ ਨੇ, ਲੋਕ ਭਾਈ ਇਸ ਕਰਕੇ ਕਾਨੂੰਨ ਹੱਥ ਦੇ ਵਿੱਚ ਲੈਂਦੇ ਨੇ, ਇੱਕ ਤਾਂ ਲੋਕ ਅੱਕੇ ਹੋਏ ਹੁੰਦੇ ਨੇ ਸਰਕਾਰਾਂ ਕੰਮ ਨਹੀਂ ਕਰਦੀਆਂ, ਦੂਜਾ ਸਾਡਾ ਤਾਂ ਮੁੱਖ ਮੰਤਰੀ ਸਾਹਿਬ ਆਪ ਖੁਦ ਕਹਿ ਰਹੇ ਨੇ ਕਿ ਤੁਸੀਂ ਸਾਨੂੰ ਇਨਫੋਰਮ ਕਰੋ। ਬਿਲਕੁਲ, ਸੋ ਇਹ ਚੀਜ਼ ਵੀ ਹੈਗੀ ਹੈ ਕਿ ਲੋਕ ਉਦੋਂ ਅੱਗੇ ਆਉਂਦੇ ਨੇ ਜਦੋਂ ਜਿਹੜਾ ਸਿਸਟਮ ਹੈ ਸਿਸਟਮ ਫੇਲੀਅਰ ਵੱਲ ਵੱਧਦਾ, ਤੇ ਅੱਜ ਇਹ ਸਿਸਟਮ ਫੇਲੀਅਰ ਵੱਲ ਵੱਧ ਰਿਹਾ ਹੈ ਕਿਉਂਕਿ ਜਿਹੜੇ ਡਰੱਗ ਹੈ, ਨਸ਼ਾ, ਚਿੱਟਾ, ਹੈਰੋਇਨ ਹੈ, ਉਹ ਘਰ ਘਰ ਜਾ ਰਹੀ ਹੈ। ਦੂਜੀ ਤੁਸੀਂ ਦੇਖੋ ਕਿ ਅੱਜ ਤੋਂ ਤੁਸੀਂ 4-5 ਸਾਲ ਪਹਿਲਾਂ ਸੁਣਿਆ ਹੋਊਗਾ ਕਿ ਯੂਥ ਸਮੈਕ ਪੀਂਦਾ, ਅੱਜ ਕੋਈ ਨਹੀਂ ਕਹਿੰਦਾ ਕਿ ਯੂਥ ਸਮੈਕ ਪੀਂਦਾ। ਬਿਲਕੁਲ, ਕਦੇ ਲੋਕ ਸੋਚ ਕੇ ਦੇਖਣ ਇਹ ਗੱਲ ਕਿ ਅੱਜ ਗੱਲ ਕਿਉਂ ਨਹੀਂ ਚੱਲਦੀ ਕਿ ਕੋਈ ਸਮੈਕ ਪੀਂਦਾ, ਅੱਜ ਤੋਂ 5 ਸਾਲ ਪਹਿਲਾਂ ਕਿਉਂ ਕਹਿੰਦੇ ਸਮੈਕ ਪੀਂਦੇ, 5 ਸਾਲ ਬਾਅਦ ਕੋਈ ਹੋਰ ਨਸ਼ਾ ਆਊਗਾ, ਉੱਥੇ ਲੋਕ ਕਹਿਣਗੇ ਉੱਥੇ ਚਿੱਟੇ ਚਿੱਟੇ ਨਾਮ ਦਾ ਜਿਹੜਾ ਨਸ਼ਾ ਇਹ ਖਤਮ ਹੋ ਜਾਊਗਾ, ਹੋਰ ਨਸ਼ਾ ਆਜੂਗਾ। ਉੱਥੇ ਵੀ ਸੋਚਣਾ ਚਾਹੀਦਾ ਕਿ ਫਿਰ ਆਖਰ ਇਹ ਕੀ ਕਾਰਨ ਹੁੰਦੇ ਨੇ ਕਿ 5 ਸਾਲ ਬਾਅਦ ਉਹ ਨਸ਼ਾ ਗਾਇਬ ਹੋ ਜਾਂਦਾ, ਹੋਰ ਨਸ਼ਾ ਆ ਜਾਂਦਾ, ਅੱਜ ਸਮੈਕ ਕਿਉਂ ਨਹੀਂ ਮਾੜੀ ਹੋਊਗੀ, ਅੱਜ ਸਮੈਕ ਕਿੱਥੇ ਚਲੇਗੀ। ਸੋ ਇੱਕ ਵੱਡੇ ਵਰਤਾਰੇ ਨੇ, ਇਹਨਾਂ ਵਰਤਾਰਿਆਂ ਦੇ ਵਿੱਚੋਂ ਸਰਕਾਰਾਂ ਨੂੰ ਲੋਕਾਂ ਦੇ ਨਾਲ ਖੜਨਾ ਚਾਹੀਦਾ, ਐ ਨਾ ਕਿਤੇ ਹੋਵੇ ਲੋਕਾਂ ਦਾ ਬਿਲਕੁਲ ਵਿਸ਼ਵਾਸ ਖਤਮ ਹੋ ਜਾਵੇ ਸਰਕਾਰਾਂ ਦੇ ਉੱਪਰ। ਜੀ, ਜਿਸ ਤਰ੍ਹਾਂ ਦੇ ਭਾਸ਼ਣ ਨੂੰ ਦੇ ਰਹੇ ਨੇ ਇਸ ਮੌਕੇ, ਜਿਸ ਤਰ੍ਹਾਂ ਦੇ ਤੰਜ ਵਿਰੋਧੀਆਂ ਤੇ ਕੱਸੇ ਗਏ, ਪਾਰਟੀਆਂ ਨੂੰ ਮੰਦਾ ਚੰਗਾ ਬੋਲਿਆ ਗਿਆ, ਇਹ ਇੱਕ ਕਹਿ ਲਓ ਕਿ ਹਰ ਭਾਸ਼ਣ ਦੀ ਉਹਨਾਂ ਦੀ ਰਵਾਇਤ ਬਣ ਚੁੱਕੀ ਹੈ ਵੀ ਅਸੀਂ ਵਿਰੋਧੀਆਂ ਨੂੰ ਬੋਲਣਾ ਹੀ ਬੋਲਣਾ। ਮਨਪ੍ਰੀਤ ਹੋਣਾ ਬਾਰੇ ਬੜਾ ਕੁਛ ਬੋਲਿਆ ਜੇ, ਚਲੋ ਠੀਕ ਹੈ ਤੁਹਾਡੇ ਕੁਛ ਮਾਮਲੇ ਨਿੱਜੀ ਹੋ ਸਕਦੇ ਨੇ, ਸਾਨੂੰ ਉਹਨਾਂ ਬਾਰੇ ਨਹੀਂ ਪਤਾ, ਪਰ ਹਰ ਵਾਰ ਅਸੀਂ ਇਹ ਚੀਜ਼ ਜ਼ਰੂਰੀ ਹੈ ਵੀ ਅਸੀਂ ਵਿਰੋਧੀਆਂ ਨੂੰ ਮਾੜੇ ਦਰਸਾ ਕੇ ਖੁਦ ਚੰਗੇ ਬਣਨਾ। ਨਹੀਂ ਦੇਖੋ, ਜੇਕਰ ਇੱਕ ਘੰਟੇ ਦਾ ਭਾਸ਼ਣ ਹੈ ਕਿਸੇ ਵੀ ਲੀਡਰ ਦਾ ਜਾਂ ਮੁੱਖ ਮੰਤਰੀ ਸਾਹਿਬ ਦਾ,
ਇੰਨੇ ਕੰਮ ਸਰਕਾਰ ਨੇ ਨਹੀਂ ਕੀਤੇ ਹੈਗੇ ਕਿ ਇੱਕ ਘੰਟਾ ਉਹ ਕੰਮ ਗਿਣਾ ਸਕਣ, ਨਾ ਐਡੇ ਵੱਡੇ ਕੰਮ ਨੇ ਕਿ ਇੱਕ ਘੰਟਾ ਉਹਨਾਂ ਕੰਮਾਂ ਨੂੰ ਗਿਣਾਇਆ ਜਾ ਸਕੇ। ਮਤਲਬ ਕਿ 500 ਮਹਿਲਾ ਕਲੀਨਿਕ ਪਹਿਲਾਂ ਖੋਲੇ, ਅੱਜ 100 ਤੋਂ ਥੱਲੇ ਥੱਲੇ ਖੋਲੇ, 76 ਖੋਲੇ, ਹਾਂਜੀ 76, ਹਾਂ ਇੰਨੇ ਕੁ ਮਹਿਲਾ ਕਲੀਨਿਕ ਖੋਲੇ, ਉਹ ਤਾਂ ਇੱਕ ਮਿੰਟ ਦੇ ਵਿੱਚ ਗੱਲ ਪੂਰੀ ਹੋ ਜੂਗੀ ਕਿ 500 ਪਹਿਲਾਂ ਸੀ, 76 ਹੁਣ ਖੋਲਦੇ। ਅੱਗੇ ਬੋਲੀਏ ਕੀ, ਅੱਗੇ ਫਿਰ ਲੋਕਾਂ ਨੂੰ ਲਵਾਉਣਾ ਵੀ ਹੈ, ਉਹ ਹੈਗਾ ਕਿ ਦੂਜਿਆਂ ਦੇ ਕਿਰਦਾਰ ਦੇ ਉੱਪਰ ਹਮਲੇ ਕਰੋ, ਦੂਜਿਆਂ ਨੂੰ ਨੰਗੇ ਕਰੋ। ਹਰ ਲੀਡਰਾਂ ਦਾ ਆਹੀ ਕੰਮ ਹੁੰਦਾ ਜੀ। ਰੈਲੀ ਜਦੋਂ ਚੋਣਾਂ ਹੋਣੀ ਹੁੰਦੀਆਂ ਉਦੋਂ ਪਰ ਰੈਲੀ ਹੁੰਦੀ ਹੈ, ਉਦੋਂ ਇੱਕ ਦੂਜੇ ਤੇ ਹਮਲੇ ਹੁੰਦੇ ਨੇ। ਜਦੋਂ ਸਰਕਾਰ ਬਣੀ ਜਾਂਦੀ ਹੈ ਚੁਣ ਕੇ, ਉਦੋਂ ਲੋਕਾਂ ਦਾ ਇਕੱਠ ਹੁੰਦਾ, ਗੈਦਰਿੰਗ ਹੁੰਦੀ ਹੈ, ਉਦੋਂ ਲੋਕਾਂ ਨੂੰ ਦੱਸਣਾ ਹੁੰਦਾ ਅਸੀਂ ਕੀਤਾ ਕੀ, ਉਦੋਂ ਰੈਲੀ ਵਾਲੇ ਭਾਸ਼ਣ ਨਹੀਂ ਕਰਨੇ ਹੁੰਦੇ ਹੈਗੇ। ਰੈਲੀਆਂ ਤੋਂ ਪਹਿਲਾਂ ਵੀ ਰੈਲੀਆਂ ਵਾਲੇ ਭਾਸ਼ਣ ਕਰੀ ਜਾਂਦੇ, ਜਦੋਂ ਰੈਲੀਆਂ ਨਿਕਲ ਜਾਂਦੀਆਂ ਉਦੋਂ ਵੀ ਰੈਲੀਆਂ ਵਾਲੇ ਭਾਸ਼ਣ ਕਰੀ ਜਾਂਦੇ ਆ, ਕਿਉਂਕਿ ਰੈਲੀਆਂ ਦੇ ਭਾਸ਼ਣ ਤੋਂ ਸਿਵਾਏ ਆਪਾਂ ਨੇ ਕੰਮ ਕੋਈ ਨਹੀਂ ਕੀਤਾ। ਜੇਕਰ ਆਪਾਂ ਨੇ ਕੰਮ ਕੀਤਾ ਹੁੰਦਾ, ਦੂਜਿਆਂ ਤੇ ਹਮਲੇ ਕਰਕੇ ਸਾਨੂੰ ਵੋਟਾਂ ਤਾਂ ਲੈਣੀਆਂ ਪੈਂਦੀਆਂ, ਸਾਡੇ ਕੰਮ ਬੋਲਦੇ। ਮਾਨ ਸਾਹਿਬ ਕਹਿੰਦੇ ਸੀ ਕਿ ਇੱਕ ਵਾਰ ਇਲੈਕਸ਼ਨ ਜਿਤਾ ਦਿਓ, ਦੂਜੀ ਵਾਰ ਜੇ ਕੰਮ ਚੰਗਾ ਹੋਇਆ, ਸਾਡਾ ਕੰਮ ਬੋਲਿਆ, ਸਾਨੂੰ ਵੋਟ ਪਾ ਦਿਓ। ਜਦੋਂ ਤੁਸੀਂ ਫਿਰ ਇੱਥੇ ਜਲੰਧਰ ਦੀ ਇਲੈਕਸ਼ਨ ਲੜੀ, ਉਦੋਂ ਲੋਕਾਂ ਨੂੰ ਕਿਉਂ ਨਹੀਂ ਕਹਿਤਾ ਕਿ ਸਾਡੇ ਹੱਥ ਖੜੇ ਨੇ, ਜੇ ਚੰਗਾ ਕੰਮ ਕੀਤਾ ਵੋਟ ਪਾ ਦਿਓ, ਚੰਗਾ ਕੰਮ ਨਹੀਂ ਕੀਤਾ ਵੋਟ ਨਾ ਪਾਇਓ, ਅਸੀਂ ਤੁਹਾਡੇ ਦੁਆਰ ਨਹੀਂ ਆਉਂਦੇ। ਸਾਰਾ ਪੰਜਾਬ ਜਲੰਧਰ ਬੈਠ ਗਿਆ ਸੀ ਕਿ ਉਦੋਂ ਜ਼ੋਰ ਲੱਗ ਗਿਆ। ਸੋ ਕਹਿਣ ਦੀਆਂ ਗੱਲਾਂ ਕੁਛ ਹੋਰ ਹੁੰਦੀਆਂ ਨੇ, ਕਰਨ ਦੀਆਂ ਗੱਲਾਂ ਕੁਛ ਹੋਰ ਹੁੰਦੀਆਂ ਨੇ ਜੀ। ਇਹਦਾ ਮਤਲਬ ਤੁਸੀਂ ਮੰਨਦੇ ਹੋ ਕਿ ਜਿਹੜਾ ਧੂਰੀ ਵਾਲਾ ਭਾਸ਼ਣ ਹੈ ਉਹ ਵੀ ਬਾਕੀ ਭਾਸ਼ਣਾਂ ਦੇ ਆਲੇ ਦੁਆਲੇ ਹੀ ਘੁੰਮਦਾ ਹੈ, ਕੱਢਣ ਪਾਉਣ ਨੂੰ ਕੁਛ ਨਹੀਂ ਹੈ ਉਹਦੇ ਵਿੱਚ। ਭਾਸ਼ਣ ਦਾ ਇੱਕੋ ਹੀ ਹੈ, ਹੁਣ ਧੂਰੀ ਦੇ ਤਾਂ ਕੱਲ ਉਹ ਚੰਡੀਗੜ੍ਹ ਹੋਊਗਾ, ਪਰ ਸਮਾਨ ਸੇ ਹੋਜੂਗਾ, ਰਟੇ ਪਏ ਨੇ। ਹਾਂ ਭਾਸ਼ਣ ਦਾ ਇੱਕੋ ਹੀ ਹੈ ਜੀ, ਬਸ ਉਹ ਮਤਲਬ ਫਰੇਮ ਅਲੱਗ ਹੋ ਸਕਦਾ ਹੈ ਕਿ ਅੱਜ ਉਹ ਭਾਸ਼ਣ ਆਪਾਂ ਨੇ ਜਿਹੜੇ ਮਹੱਲਾ ਕਲੀਨਿਕ ਕੀਤੇ ਆ, ਮਹੱਲਾ ਕਲੀਨਿਕ ਦੇ ਉੱਪਰ ਦਿੱਤਾ, ਕੱਲ ਆਪਾਂ ਕਿਤੇ ਕਾਲਜ ਖੋਲ ਦਾਂਗੇ, ਉਹ ਭਾਸ਼ਣ ਆਪਾਂ ਉੱਥੇ ਦੇ ਦਾਂਗੇ। ਮਹੱਲਾ ਕਲੀਨਿਕਾਂ ਦੇ ਵੀ ਅੰਕੜੇ ਕਿੱਥੇ ਨੇ ਜੀ, ਪਹਿਲਾਂ ਖੁੱਲੇ ਨੇ ਜਿਹੜੇ ਜੀ? ਨਹੀਂ ਮਹੱਲਾ ਕਲੀਨਿਕ ਕਿੱਥੇ ਨੇ, ਅੰਕੜੇ ਛੱਡੋ ਤੁਸੀਂ, ਹਸਪਤਾਲਾਂ ਦੇ ਤੁਸੀਂ ਮਹੱਲਾ, ਮੰਨ ਲਓ ਕਿ ਇੱਕ ਕੋਈ ਸੈਂਟਰ ਬਣਿਆ ਹੋਇਆ ਸੀ, ਜਿਹੜਾ ਹੈਲਥ ਸੈਂਟਰ ਬਣਿਆ ਹੋਇਆ, ਕਈ ਪਿੰਡਾਂ ਦਾ ਬਣ ਕੇ ਹੈਲਥ ਸੈਂਟਰ ਬਣਦਾ, ਜਿਵੇਂ ਹਰਪਾਲਪੁਰ ਪਿੰਡ ਹੈ, ਇਸ ਵਰਗੇ ਦੂਧਨ ਸਾਧਾਂ ਪਿੰਡ ਹੈ ਸਨੌਰ ਦੇ ਵਿੱਚ, ਕਾਫੀ ਏਰੀਆ ਪੈ ਜਾਂਦਾ। ਹੁਣ ਤੁਸੀਂ ਕਈ ਪਿੰਡਾਂ ਦੇ ਸੈਂਟਰ ਨੂੰ, ਹੈਲਥ ਸੈਂਟਰ ਨੂੰ ਬਣਾ ਕੇ ਤੁਸੀਂ ਮਹੱਲਾ ਕਲੀਨਿਕ ਬਣਾ ਦਿਓ। ਮਹੱਲਾ ਹੁੰਦਾ ਇੱਕ ਮਤਲਬ ਏਰੀਏ ਦਾ ਛੋਟਾ ਜਿਹਾ ਮਹੱਲਾ, ਸੈਂਟਰ ਹੁੰਦਾ ਵੱਡਾ, ਯਾਨੀ ਕਿ ਦਿੱਲੀ ਦਾ ਮਾਡਲ ਦਾ ਤੁਸੀਂ ਅਪਣਾ ਰਹੇ ਹੋ, ਸ਼ਬਦਾਂ ਦਾ ਹੀ ਫਰਕ ਦੇਖੋ ਨਾ। ਪੰਜਾਬ ਦੇ ਵਿੱਚ ਮਹੱਲੇ ਨਹੀਂ ਹੈਗੇ, ਮਹੱਲੇ ਸ਼ਹਿਰਾਂ ਦੇ ਵਿੱਚ ਹੁੰਦੇ ਨੇ, ਪਿੰਡਾਂ ਦੇ ਵਿੱਚ ਮਹੱਲੇ ਨਹੀਂ ਹੁੰਦੇ। ਇੱਕ ਵੱਡਾ ਹੋਸਪਿਟਲ ਹੈ ਰਾਜਪੁਰ, ਇੱਕ ਹੋਸਪਿਟਲ ਸੀ ਨਰੇਸ਼, ਉਹ ਅੱਗੇ ਸੇਲ ਹੋ ਗਿਆ, ਅੱਗੇ ਆ ਗਿਆ ਸਿਟੀ, ਉਹਦਾ ਨਾਮ ਰੱਖਤਾ, ਉਹਦਾ ਵੀ ਮਹੱਲਾ ਕਲੀਨਿਕ ਬਣਾਤਾ। ਐਡੇ ਵੱਡੇ ਹੋਸਪਿਟਲ ਦਾ ਮਹੱਲਾ ਕਲੀਨਿਕ ਬਣਾਤਾ। ਮਹੱਲਾ ਕਲੀਨਿਕ ਹੋਰ ਹੁੰਦੇ ਨੇ, ਹੋਸਪਿਟਲ ਹੋਰ ਹੁੰਦੇ ਨੇ, ਪਰ ਦਿੱਲੀ ਵਾਲਾ ਮਾਡਲ, ਜਿਹੜਾ ਦਿੱਲੀ ਵਾਲਾ ਮਾਡਲ ਆਪਾਂ ਨੇ ਐਜ਼ ਇਟ ਇੱਥੇ ਇੰਪਲੀਮੈਂਟ ਕਰਨਾ, ਦਿੱਲੀ ਦੇ ਵਿੱਚ ਮਹੱਲੇ ਨੇ, ਪੰਜਾਬ ਦੇ ਵਿੱਚ ਵੀ ਮਹੱਲੇ ਬਣਾ ਜੀ। ਬਿਲਕੁਲ, ਇਲਾਜ ਵੀ ਨਾਲੇ ਕਿੰਨਿਆਂ ਕੁ ਦਾ ਹੋਇਆ, ਇਹ ਵੀ ਤਾਂ ਬਹੁਤ ਸੋਚਣ ਵਾਲੀ ਗੱਲ ਹੈ। ਕਿੰਨੇ ਕੁ ਲੋਕਾਂ ਨੂੰ ਤੁਸੀਂ ਘਰੋਂ ਚੱਕ ਕੇ, ਜਿਹੜੇ ਨਹੀਂ ਸਮਰੱਥ ਹੈਗੇ, ਕਿੰਨੇ ਕੁ ਲੋਕਾਂ ਦਾ ਤੁਸੀਂ ਇਲਾਜ ਕਰ ਲਏ, ਕਿੰਨੇ ਕੁ ਲੋਕਾਂ ਨੂੰ ਤੁਸੀਂ ਸਾਂਭ ਲਿਆ ਜੀ? ਨਹੀਂ ਦੇਖੋ, ਇਲਾਜ ਲੂਜ ਤਾਂ ਨਾਮ ਦੇ ਹੀ ਹੁੰਦੇ ਨੇ, ਸਾਰਾ ਪੰਜਾਬ ਤਾਂ ਬਿਮਾਰ ਪਿਆ, ਕਿਹਦਾ ਇਲਾਜ ਹੋ ਗਿਆ? ਬਿਲਕੁਲ, ਦਵਾਈ ਕਿਸੇ ਨੂੰ ਖੰਘ ਦੀ ਦੇਣੀ ਹੈ, ਦਈ ਤੁਸੀਂ ਲੀਵਰ ਦੀ ਜਾਂਦੇ ਹੋ, ਜਾਂ ਲੀਵਰ ਖਰਾਬ ਹੈ ਤੁਸੀਂ ਸਿਰ ਦੁਖਣ ਦੀ ਦਵਾਈ ਦਈ ਜਾਂਦੇ ਹੋ ਤੁਸੀਂ। ਸੋ ਮਹੱਲਾ ਕਲੀਨਿਕ ਦੀ ਰਿਪੋਰਟਾਂ ਵੀ ਕਿੰਨੀਆਂ ਆਈਆਂ ਨੇ, ਉਹ ਸਾਰੇ ਜਿਹੜੇ ਨੰਗੇ ਚਿੱਟੇ ਪਰਦੇ ਹੋ ਚੁੱਕੇ ਨੇ ਜੀ। ਪੰਗੂ ਸਾਹਿਬ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ ਜੀ। ਸ਼ੁਕਰੀਆ ਬਰੋ, ਤੁਹਾਡਾ ਵੀ। ਸੋ ਗੱਲਬਾਤ ਹੋਈ ਹੈ ਭਗਵੰਤ ਮਾਨ ਹੋਣਾ ਦੇ ਉਸ ਭਾਸ਼ਣ ਬਾਰੇ, ਜਿਹੜਾ ਕਿ ਵਾਇਰਲ ਹੋਇਆ ਬਹੁਤ ਜ਼ਿਆਦਾ, ਅਤੇ ਲੋਕਾਂ ਨੂੰ ਸੁਣਨ 'ਚ ਤਾਂ ਬੜਾ ਚੰਗਾ ਲੱਗਿਆ, ਪਰ ਅਸਲੀਅਤ ਕੀ ਸੀ ਉਹਦੇ ਬਾਰੇ ਅਸੀਂ ਤੁਹਾਨੂੰ ਤੱਤ ਸਾਰਾ ਜਿਹੜਾ ਉਹ ਕੱਢ ਕੇ ਦੱਸ ਦਿੱਤਾ। ਸੋ ਤੁਸੀਂ ਇਸ ਜਿਹੜੇ ਪ੍ਰੋਗਰਾਮ ਦੀ ਰਾਏ ਆ ਉਹ ਕਮੈਂਟ ਬਾਕਸ ਦੇ ਜ਼ਰੀਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਹੁਣ ਸਾਨੂੰ ਦਿਓ ਇਜਾਜ਼ਤ, ਧੰਨਵਾਦ।